श्री गुरु तेग बहादुर साहिब जी के शहीदी पर्व के संबंध में विशाल नगर कीर्तन श्री गुरु ग्रंथ साहिब जी की छत्र छाया व पांच प्यारों की अगुवाई में गुरु तेग बहादुर नगर जालंधर में से निकाला गया जिसका स्वागत हर वर्ष की तरह इस वर्ष भी भाई जैताजी बाबा जीवन सिंह वेलफेयर सोसाइटी की ओर से पुष्प वर्षा कर किया गया इस मौके पर सोसाइटी के सदस्यों ने पालकी साहिब में विराजमान श्री गुरु ग्रंथ साहिब जी के समक्ष नतमस्तक होकर आशीर्वाद प्राप्त किया इस मौके पर चेयरमैन हरदेव सिंह भारज जनरल सचिव तेगा सिंह बल प्रधान नवजोत सिंह मिगलानी सचिव ललित बागड़िया सहित असंख्य संगत मौजूद रही ਅੱਜ ਸਾਡੇ ਪ੍ਰਧਾਨ ਜੀ ਸਿੰਘ ਮਿਗਲਾਨੀ ਜੀ ਨਹੀਂ ਰਹੇ ਪਰ ਉਹਨਾਂ ਦਾ ਪਰਿਵਾਰ ਉਹਨਾਂ ਦੇ ਬੱਚੇ ਉਚੇਚੇ ਤੌਰ ਦੇ ਉੱਤੇ ਇਸ ਗੁਰਪੁਰਬ ਦੀ ਜਿਹੜੀ ਸੰਧਿਆ ਹੈ ਜਿਹਦੇ ਵਿੱਚ ਇਸ ਨਗਰ ਕੀਰਤਨ ਨੂੰ ਸਜਾਇਆ ਗਿਆ ਹੈ ਉਸ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਸਮੇਤ ਪਰਿਵਾਰ ਪਹੁੰਚੇ ਹਨ ਮੈਂ ਬਲ ਸਾਹਿਬ ਦਾ ਬਾਕੀ ਸਾਰੇ ਸਜਨਾ ਦਾ ਮਿਗਲਾਨੀ ਸਾਹਿਬ ਦਾ ਸਾਡੇ ਜੋ ਪ੍ਰਧਾਨ ਜੀ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਸ ਮੌਕੇ ਦੇ ਉੱਤੇ ਪੁਸ਼ਪ ਵਰਖਾ ਕਰਕੇ ਤੇ ਸਾਡਾ ਜੋ ਸੁਸਾਇਟੀ ਦਾ ਮਾਟੋ ਹੈ ਕਿ ਅਸੀਂ ਇੱਕ ਧਰਮ ਨਿਰਪੇਖ ਤਰੀਕੇ ਦੇ ਨਾਲ ਸਾਰੇ ਕੰਮ ਕਰਨੇ ਹਨ ਤੇ ਉਹਦੇ ਵਿੱਚ ਹਿੱਸਾ ਪਾ ਕੇ ਉਹਨਾਂ ਨੇ ਬੜਾ ਵੱਡਾ ਯੋਗਦਾਨ ਦਿੱਤਾ ਹੈ ਬਾਕੀ ਸਾਰੇ ਆਏ ਸਜਣਾ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਤੇ ਅੱਗੇ ਵਾਸਤੇ ਵੀ ਬੇਨਤੀ ਕਰਦਾ ਹਾਂ ਕਿ ਇਸੇ ਵਾਸਤੇ ਇਸੇ ਤਰ੍ਹਾਂ ਇਸ ਫੰਕਸ਼ਨ ਨੂੰ ਤੇ ਬਾਕੀ ਸਾਰੇ ਜੋ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਹਨ ਉਹਨਾਂ ਨੂੰ ਨਿਪਰੇ ਚੜਾਇਆ ਜਾਵੇ ਕੁਝ ਦਹਾਕੇ ਪਹਿਲਾਂ ਭਾਈ ਜੇਤਾ ਜੀ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੀ ਸਥਾਪਨਾ ਸਾਡੇ ਮੋਢੀ ਪ੍ਰਦਾਨ ਜੀਤ ਸਿੰਘ ਮਗਲਾਨੀ ਜੀ ਦੁਆਰਾ ਕੀਤੀ ਗਈ ਸੀ ਤੇ ਉਸ ਵੇਲੇ ਸੁਸਾਇਟੀ ਦਾ ਮੁੱਖ ਮਕਸਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਣ ਸ਼ਹੀਦੀ ਦਿਵਸ ਵੇਲੇ ਰਿਸੈਪਸ਼ਨ ਦਾ ਅਰੇਂਜ ਕਰਨਾ ਹੁੰਦਾ ਸੀ ਪਰ ਅੱਜ ਕਈ ਦਹਾਕੇ ਬੀਤ ਜਾਣ ਤੋਂ ਬਾਅਦ ਸਾਡਾ ਸਾਡੀ ਸੁਸਾਇਟੀ ਭਾਈ ਜੇਤਾ ਜੀ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਆਪਣਾ ਬੇਸਿਕ ਜੋ ਕਿ ਫਰਜ਼ ਸੀ ਉਹ ਨਿਭਾ ਕੇ ਨਿਭਾਦੀ ਹੋਈ ਹੈ ਜਿਸ ਤੇ ਮੈਂ ਆਪੂ ਉੱਚਾ ਉੱਚਾ ਹੁੰਦਾ ਮਹਿਸੂਸ ਕਰਦਾ ਹਾਂ ਅੱਜ ਗੁਰੂ ਦਾ ਜਸ ਗਾਇਨ ਕਰਦੀਆਂ ਸੰਗਤਾਂ ਦਾ ਵਿਸ਼ਾਲ ਨਗਰ ਕੀਰਤਨ ਇਸ ਸੁਸਾਇਟੀ ਦੇ ਮੁਖ ਦਫ਼ਤਰ ਦੇ ਅੱਗੋਂ ਲੰਘਿਆ ਤੇ ਉਹ ਗੁਰੂ ਦੀਆਂ ਲਾਡਲੀਆਂ ਫੋਜਾਂ ਗੁਰੂ ਦੀਆਂ ਸੰਗਤਾਂ ਗੁਰੂ ਦਾ ਗੁਣ ਗਨਾਉਣ ਲੰਘ ਰਹੀਆਂ ਸੰਗਤਾਂ ਕਰ ਰਹੀਆਂ ਸੰਗਤਾਂ ਦਾ ਉਹਨਾਂ ਦਾ ਸਨਮਾਨ ਕਰਦੇ ਆ ਮੈਂ ਆਪੂ ਉੱਚਾ-ਉੱਚਾ ਹੁੰਦਾ ਮਹਿਸੂਸ ਕਰ ਰਿਹਾ ਹਾਂ ਅੱਜ ਦੇ ਮਹਾਨ ਦਿਹਾੜੇ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਤੇਗ ਬਹਾਦਰ ਨਗਰ ਚੋਂ ਬਹੁਤ ਧੂਮ-ਧਾਮ ਨਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਇਸ ਨਗਰ ਕੀਰਤਨ ਦਾ ਪਿਛਲੇ ਲਗਭਗ 3 ਦਹਾਕਿਆਂ ਤੋਂ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਨਿਗਾ ਸਵਾਗਤ ਕਰਦੀ ਹੈ ਇਹ ਸਵਾਗਤ ਅਸੀਂ ਫੁੱਲਾਂ ਦੀ ਵਰਖਾ ਨਾਲ ਕਰਦੇ ਹਾਂ ਪੂਰੇ ਮੈਂਬਰ ਸਭਾਨ ਨਾਲ ਮਿਲ ਕੇ ਪੁਸ਼ਪ ਵਰਖਾ ਦਾ ਪ੍ਰਯੋਜਨ ਇਹੀ ਹੈ ਕਿ ਅਸੀਂ ਪੂਰੇ ਸਮਾਜ ਵਿੱਚ ਪਿਆਰ ਤੇ ਸਤਿਕਾਰ ਦਾ ਮਾਹੌਲ ਬਣਾਈਏ ਜਿਹੜੀ ਸੋਸਾਇਟੀ ਖੜੀ ਹੋਈ ਹੈ ਮੂਲ ਸਿਧਾਂਤ ਸਾਡਾ ਧਾਰਮਿਕ ਕੱਟੜਵਾਦ ਦੇ ਵਿਰੋਧੀ ਤੇ ਆਪਸੀ ਭਾਈਚਾਰੇ ਦੀ ਪ੍ਰਤੀਕ ਹੈ ਗੁਰੂ ਸਾਹਿਬ ਨੇ ਵੀ ਆਪਣੀ ਸ਼ਹਾਦਤ ਜਿਹੜੀ ਦਿੱਤੀ ਉਹ ਆਪਣੇ ਆਪ ਇੱਕ ਅਨੋਖੀ ਅਦੁੱਤੀ ਮਿਸਾਲ ਹੈ ਇਤਿਹਾਸ ਦੀ ਕਿ ਇੱਕ ਗੁਰੂ ਨੇ ਦੂਸਰੇ ਧਰਮ ਨੂੰ ਬਚਾਣ ਲਈ ਰੱਖ ਹੀ ਲਈ ਤਿਲਕ ਜੰਜੂ ਦੇ ਰਾਖੇ ਹਿੰਦ ਦੀ ਛਾਦਰ ਨੇ ਸ਼ਹਾਦਤ ਦਿੱਤੀ ਉਹ ਸਾਨੂੰ ਸੰਦੇਸ਼ ਦਿੰਦੇ ਹਨ ਕਿ ਅਸੀਂ ਆਪਸੀ ਭਾਈਚਾਰਾ ਬਣਾਏ ਰਹੀਏ ਇਸੇ ਸਿਧਾਂਤ ਤੇ ਸੋਸਾਇਟੀ ਚੱਲਦੀ ਹੈ ਤੇ ਚਲਦੀ ਰਹੇਗੀ